ਆਪਾਂ ਕੁੜੀਆਂ ਨੂੰ ਅੱਜ ਤੁਹਾਨੂੰ ਬਹੁਤ ਕੰਮ ਦੀ ਚੀਜ਼ ਸਿਖਾਉਣ ਲੱਗੇ ਆ ਬਣਾ ਕੇ ਵੈਸੇ ਤਾਂ ਤੁਸੀਂ ਬਣਾਉਂਦੀਆਂ ਹੋਵਗੀਆਂ ਪਰ ਜਿਹੜੇ ਮੈਂ ਆਪਦੇ ਤਰੀਕੇ ਨਾਲ ਬਣਾ ਕੇ ਯੂਜ਼ ਕਰਦੀਆਂ ਇਸ ਨੂੰ ਤਾਂ ਉਹ ਮੈਂ ਤੁਹਾਨੂੰ ਦੱਸਣ ਲੱਗੀ ਆ ਵੀ ਤੁਸੀਂ ਇਹਨੂੰ ਕਿਵੇਂ ਬਣਾਉਣਾ ਹੈ ਕੀ ਆਪਾਂ ਨੂੰ ਸਮਾਨ ਦੀ ਜ਼ਰੂਰਤ ਪੈਂਦੀ ਹੈ ਤਾਂ ਕਿ ਜੋ ਵੀ ਇਹਨੂੰ ਖਾਵੇ ਤੇ ਉਹ ਉਂਗਲਾ ਚੜਦਾ ਰਹੇ ਜੀ ਠੀਕ ਹੈ ਨਾ ਜੀ ਤੇ ਮੈਨੂੰ ਵੀ ਆ ਰਹਿਦਾ ਵੀ ਮੈਂ ਇਹਨਾਂ ਚੀਜ਼ਾਂ ਨੂੰ ਕੁੜੀਆਂ ਨੂੰ ਮੇਰੀਆਂ ਨੂੰ ਬੱਚੀਆਂ ਨੂੰ ਮੈਂ ਸਿਖਾਵਾਂ ਬੇਟੀਆਂ ਨੂੰ ਉਹ ਘਰੇ ਬਣਾਉਣ ਤੇ ਇਹਨਾਂ ਚੀਜ਼ਾਂ ਨਾਲ ਸਵਾਦਿਸ਼ਟ ਚੀਜ਼ਾਂ ਬਣਾਣ ਤੇ ਉਹਨਾਂ ਦੀ ਰੂਹ ਵੀ ਖੁਸ਼ ਹੋਵੇ ਤੇ ਘਰ ਦੇ ਜਿਹੜੇ ਖਾਣ ਉਹਨਾਂ ਦੀ ਰੂਹ ਵੀ ਖੁਸ਼ ਹੋਵੇ ਆਪਾਂ ਕੀ ਕਰਨਾ ਇੱਕ ਆਪਾਂ ਫਰਾਈਪੈਨ ਲੈ ਲੈਣਾ ਇਹਨੂੰ ਗਰਮ ਰੱਖਤਾ ਜੀ ਤੇ ਉਹਦੇ ਵਾਸਤੇ ਆਪਾਂ ਕੀ ਕਰਨਾ ਹੈਗਾ ਹੁਣ ਧਨੀਆ ਪਾਉਣਾ ਦੋ ਚਮਚੇ ਠੀਕ ਹੈ ਜੀ ਦੋ ਚਮਚੇ ਧਨੀਆ ਜੀਰਾ ਆਹ ਜੀਰਾ ਆਪਣੇ ਆਹ ਆਪਣੇ ਰਾਈ ਹੈ ਠੀਕ ਹੈ ਦੇਖ ਲਓ ਤੁਸੀਂ ਤੇ ਆਹ ਆਪਣੇ ਹੈਗਾ ਜੀ ਮੇਥੇ ਤੇ ਆ ਆਪਣੇ ਹੈਗਾ ਜੀ ਤੇਜ ਪੱਤਾ ਤੇ ਦਾਲਚੀਨੀ ਸਮਾਨ ਸਾਰਾ ਦੇਖ ਲਓ ਘਰੇ ਨਾਰਮਲੀ ਮਿਲ ਜਾਂਦਾ ਆ ਆਪਣੇ ਵੱਡੀ ਇਲਾਇਚੀ ਤੇ ਇਹਦੇ ਵਿੱਚ ਹੀ ਕਾਲੀਆਂ ਮਿਰਚਾਂ ਪਾਈਆਂ ਹੋਈਆਂ ਨੇ 10 15 10 ਕ ਕਾਲੀਆਂ ਮਿਰਚਾਂ ਸੀਗੀਆਂ ਹੁਣ ਆਪਾਂ ਨੇ ਕੀ ਕਰਨਾ ਹੈਗਾ ਵੀ ਆਪਾਂ 2 ਚਮਚੇ ਭਰ ਕੇ 2 2.5 ਚਮਚੇ ਮੰਨ ਲਓ ਇਹਦੇ ਪਾ ਦੇਣੇ ਹੈਗੇ ਨੇ ਆਪਾਂ ਧਨੀਏ ਦੇ ਠੀਕ ਹੈ ਜੀ ਦਨੀਏ ਦੇ ਆਪਾਂ 2 ਚਮਚੇ ਹੌਲਾ ਹੁੰਦਾ ਨਾ ਤੇ 2 ਚਮਚਾਂ ਚ ਪੂਰੇ ਚਮਚੇ ਭਰਦੇ ਨਹੀਂ ਜਾਨੀ 2 ਚਮਚੇ ਹੋਗੇ ਵੱਡੇ ਇਹ ਤੇ ਇਹਦੇ ਵਿੱਚ 2 ਚਮਚਾ ਆਪਾਂ ਪਾ ਦੇਣੇ ਹੈਗੇ ਨੇ ਜੀਰਾ ਭਰ ਕੇ ਇਹਨਾਂ ਨੂੰ ਟੀਸੀ ਲਾ ਕੇ 2 ਚਮਚ ਭਰ ਕੇ ਇਹਦਾ ਜੀਰਾ ਪਾ ਦਿਓ ਵਿੱਚ ਹੀ ਇਹਨੂੰ ਫੜਕਾ ਦੇਾਂਗੇ ਠੀਕ ਹੈ ਹੁਣ ਇਹ ਸੇਕ ਤੇ ਦੇਖਿਓ ਤੁਸੀਂ ਕਿਵੇਂ ਬੰਦੇ ਨੇ ਤੇ ਇਹਦੇ ਵਿੱਚ ਕੀ ਕਰਨਾ ਹੈਗਾ ਆਪਾਂ ਇਹਨੂੰ ਸੇਕ ਲਵਾ ਦੇਣਾ ਥੋੜਾ ਜਿਹਾ ਥੋੜਾ ਜਿਹਾ ਸੇਕ ਲਵਾ ਕੇ ਜਦੋਂ ਖੁਸ਼ਬੂ ਜੀ ਆਉਣ ਲੱਗ ਜੇ ਇਹਦੇ ਵਿੱਚੋਂ ਆਪਾਂ ਨੂੰ ਪਤਾ ਲੱਗ ਜੇ ਵੀ ਹੋਣੇ ਭੁਜੰਝੇ ਲੱਗ ਗਿਆ ਹਨ ਤੇ ਫਿਰ ਆਪਾਂ ਦੂਜਾ ਸਮਾਨ ਪਾਉਣਾ ਹੈਗਾ ਉਨਾ ਚਿਰ ਨਹੀਂ ਪਾਉਣਾ ਹੈਗਾ ਆਪਾਂ ਠੀਕ ਹੈ ਤੇ ਆ ਆਪਾਂ ਮੇਥੇ ਲਏ ਐ ਤੇ ਮੇਥੇ ਜਿਹੜੇ ਆਪਾਂ ਲਏ ਐ ਜੀ 2 ਕ ਚਮਚੇ ਮੇਥੇ ਨੇ ਇਹ ਜਿਆਦਾ ਨਹੀਂ ਹੈਗੇ 2 ਚਮਚੇ ਹੀ ਐ ਇਹ ਮੈਂ ਮਿਣਕੇ ਪਾਏ ਹੋਏ ਨੇ 2 ਚਮਚੇ ਮੇਥੇ ਆਪਾਂ ਵਿੱਚ ਹੀ ਮੇਥੇ ਇਹਦੇ ਵਿੱਚ ਰੋਸਟ ਕਰ ਲੈਣੇ ਨੇ ਠੀਕ ਹੈ ਤੁਸੀਂ ਬਣਾਇਆ ਕਰੋ ਇਹੋ ਜੀਆਂ ਚੀਜ਼ਾਂ ਬੜੇ ਸੁਆਦ ਦੇ ਸਟੈਨਾਂ ਨਾਲ ਸਬਜ਼ੀਆਂ ਬਣਦੀਆਂ ਨੇ ਬਹੁਤ ਵਧੀਆ ਤੇ ਆਹ ਦੇਖੋ ਜੀ ਇਲੈਚੀ ਹੈ ਵੱਡੀ ਤੇ ਇਹਦੇ ਵਿੱਚ ਕਾਲੀਆਂ ਮਿਰਚਾਂ ਜਿਹੜੀਆਂ ਮੈਂ ਤੁਹਾਨੂੰ ਦਿਖਾਈਆਂ ਸੀ ਵਿੱਚ ਉਹ ਪਾਈਆਂ ਹੋਈਆਂ ਨੇ ਇਹ ਅਗਰ ਕੋਈ ਨਾਨਵੇਜ ਖਾਂਦਾ ਉਹਦੇ ਵਾਸਤੇ ਵੀ ਵਧੀਆ ਅਗਰ ਤੁਸੀਂ ਮਤਲਬ ਨਾਨਵੇਜ ਨਹੀਂ ਖਾਂਦੇ ਤਾਂ ਉਹਨਾਂ ਵਾਸਤੇ ਵੀ ਵਧੀਆ ਜੀ ਕਿਸੇ ਸਬਜ਼ੀ 'ਚ ਵੀ ਤੁਸੀਂ ਬਣਾ ਕੇ ਪਾਉਂਗੇ ਨਾ ਉਹਦਾ ਟੇਸਟ ਵੱਖਰਾ ਹੀ ਹੋਊਗਾ ਆਹ ਆਪਣੀ ਰਾਈ ਆ ਗਈ ਜੀ ਇਹ ਵੀ 2 ਚਮਚੇ ਹੀ ਹੈ ਜਿਆਦਾ ਨਹੀਂ ਹੈਗੀ ਦੋ ਚਮਚੇ ਹੈ ਬਸ ਦੋ ਚਮਚੇ ਰਾਈ ਪਾਦਨੇ ਮੈਂ ਤੁਹਾਨੂੰ ਇਹਦਾ ਮਤਲਬ ਦੱਸਿਆ ਹੈ ਇਹਦੀ ਮਾਤਰਾ ਵੀ ਤੁਸੀਂ ਇੰਨਾ ਇੰਨਾ ਇਹਨੂੰ ਬਣਾ ਸਕਦੇ ਹੋ ਉਸ ਤੋਂ ਜ਼ਿਆਦਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਜੀ ਆਹ ਤੇਜ ਪੱਤਾ ਪਾਤਾ ਆਪਾਂ ਵਿੱਚ ਇਹਦੇ ਥੋੜੀ ਜੀ ਆਪਾਂ ਜਿਹੜੀ ਦਾਲ ਚੀਨੀ ਹੈ ਉਹ ਜਿਹੜੀ ਰੱਖੀ ਹੋਈ ਸੀਗੀ ਆਪਾਂ ਉਹ ਵੀ ਇਹਦੇ ਵਿੱਚ ਪਾਤੀ ਆ ਦੇਖੋ ਜੀ ਤੁਸੀਂ ਠੀਕ ਹੈ ਹੋਰ ਆਪਾਂ ਇਹਦੇ ਵਿੱਚ ਕੁਝ ਵੀ ਪਾ ਸਕਦੇ ਹਾਂ ਪਰ ਮੈਂ ਇੰਨੀਆਂ ਕਿ ਚੀਜ਼ਾਂ ਪਾ ਕੇ ਬਣਾਉਣੀ ਹੁੰਦੀ ਹੈ ਸਾਤੀਆਂ ਮਿਰਚਾਂ ਹੋਣ ਤਾਂ ਆਪਾਂ ਉਹ ਵੀ ਵਿੱਚ ਪਾ ਦੰਨੇ ਆ ਜੀ 5-7 ਮਤਲਬ ਅਲੱਗ ਤੋਂ ਟੇਸਟ ਬਣ ਜਾਂਦਾ ਹੈ ਇਹ ਕਈ ਚੀਜ਼ਾਂ ਦੇ ਵਿੱਚ ਕੰਮ ਆਉਂਦਾ ਹੈ ਜੀ ਤੇ ਆਪਾਂ ਜਿਹੜਾ ਸਾਂਬਰ ਵਗੈਰਾ ਬਣਾਉਂਦੇ ਨੇ ਉਹਦੇ ਵਿੱਚ ਵੀ ਇਹ ਕੰਮ ਆਉਂਦਾ ਹੈਗਾ ਬਹੁਤ ਵਧੀਆ ਇਹ ਬਣਦਾ ਵੈਸੇ ਇਹਨੂੰ ਸਾਂਬਰ ਵਾਲਾ ਮਸਾਲਾ ਹੀ ਬੋਲ ਦਿੰਦੇ ਨੇ ਲੋਕ ਤੇ ਪਰ ਮੈਂ ਸਬਜ਼ੀਆਂ ਸੁਬਜ਼ੀਆਂ 'ਚ ਵਰਤਦੀ ਹਾਂ ਤੁਸੀਂ ਵੀ ਕੁੜੀਓ ਇਸ ਤਰ੍ਹਾਂ ਬਣਾਇਆ ਕਰੋ ਆ ਦੇਖੋ ਹੁਣ ਇਹਨੂੰ ਜਦ ਇਹ ਪੂਰਾ ਵਧੀਆ ਭੁੰਨਿਆ ਗਿਆ ਨਾ ਤੇ ਹੁਣ ਇਹਨੇ ਤੜਕਣ ਜੇ ਲੱਗ ਜਾਣਾ ਹੈਗਾ ਆਪਾਂ ਨੂੰ ਪਤਾ ਲੱਗ ਜੂ ਵੀ ਤਿਆਰ ਹੋ ਗਿਆ ਆਹ ਲੋ ਜੀ ਇਹ ਵਧੀਆ ਤਿਆਰ ਹੋ ਗਿਆ ਇਹਨੂੰ ਤੁਸੀਂ ਠੰਡਾ ਹੋਣ ਵਾਸਤੇ ਪਲੇਟ 'ਚ ਕੱਢ ਦਿਓ। ਠੀਕ ਹੈ ਜੀ। ਇਹ ਆਪਾਂ ਪਲੇਟ 'ਚ ਕੱਢ ਦਿਆਂਗੇ। ਇਹ ਠੰਡਾ ਹੋ ਜਾਊਗਾ। ਠੰਡਾ ਜਦੋਂ ਹੋ ਗਿਆ ਫਿਰ ਆਪਾਂ ਨੂੰ ਇਹਨੂੰ ਆਪਾਂ ਇਹਨੂੰ ਮਿਕਸੀ ਵਾਲੇ ਜਾਰ ਦੇ ਵਿੱਚ ਪਾ ਕੇ ਡੱਬੇ ਜਿਹੇ ਦੇ ਵਿੱਚ ਪਾ ਕੇ ਗ੍ਰੈਂਡਰ ਦੇ ਵਿੱਚ ਪਾ ਕੇ ਤੇ ਫਿਰ ਆਪਾਂ ਇਹਨੂੰ ਰਗੜ ਲੈਣਾ। ਆਹ ਪਾ ਲਿਆ ਜੀ ਆਪਾਂ ਇਹਦੇ ਵਿੱਚ। ਤੇ ਇਹ ਤੁਸੀਂ ਜ਼ਰੂਰ ਬਣਾ ਕੇ ਰੱਖਿਆ ਕਰੋ। ਥੋੜਾ ਜਿਹਾ ਮਸਾਲਾ ਹੀ ਬਹੁਤ ਹੁੰਦਾ ਹੈਗਾ। ਤੇ ਸਬਜੀ ਬਹੁਤ ਟੇਸਟੀ ਬਣਦੀ ਐ ਤੁਸੀਂ ਜ਼ਰੂਰ ਕੁੜੀਓ ਇਹਨੂੰ ਦੇਖੋ ਤੇ ਐ ਬਣਾਇਆ ਕਰੋ ਤੁਸੀਂ ਹੁਣ ਆਪਾਂ ਇਹਨੂੰ ਰਗੜ ਲਾਂਗੇ ਜਿਆਦਾ ਨਹੀਂ ਰਗੜਨਾ ਅਗਰ ਬਰੀਕ ਵੀ ਕਰਨਾ ਤਾਂ ਪੂਰਾ ਮਹੀਨ ਹੋ ਜਾਣਾ ਐ ਨੇ ਬਰੀਕ ਵੀ ਹੋ ਜਾਣਾ ਪਰ ਮੈਂ ਇਹਨੂੰ ਜਿਆਦਾ ਬਰੀਕ ਨਹੀਂ ਕਰਦੀ ਹੁੰਦੀ ਮੈਨੂੰ ਉਹਦੀ ਸਬਜੀ ਚੰਗੀ ਨਹੀਂ ਲੱਗਦੀ ਉਹ ਆਤ ਹੁੰਦੀ ਐ ਅਲੱਗ-ਅਲੱਗ ਆ ਆਪਾਂ ਦੇਖ ਲਓ ਪੀਸ ਲਿਆ ਦਰਦਰਾ ਜਿਹਾ ਕਰ ਲਿਆ ਠੀਕ ਐ ਇਹ ਦਰਦਰਾ ਜਿਹਾ ਹੋ ਗਿਆ ਇਹ ਨੂੰ ਹਣ ਆਪਾਂ ਕਿਸੇ ਕੋਲੇ ਵਾਟੇ ਚ ਕੱਢ ਕੇ ਤੁਹਾਨੂੰ ਮੈਂ ਦਿਖਾਉਣੀ ਆ ਵੀ ਕਿਵੇਂ ਮੈਂ ਪੀਸਦੀ ਆ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਜਿਵੇਂ ਮਰਜ਼ੀ ਇਹਨੂੰ ਪੀਸ ਸਕਦੇ ਹੋ ਬਰੀਕ ਕਰ ਸਕਦੇ ਹੋ ਮੈਂ ਤਾਂ ਤੁਹਾਨੂੰ ਬੇਟਾ ਇਹੀ ਰਹਿ ਦੇਵਾਂਗੀ ਵੀ ਤੁਸੀਂ ਇਹਨੂੰ ਇਸ ਤਰ੍ਹਾਂ ਬਣਾ ਕੇ ਸਬਜ਼ੀ ਦੇ ਵਿੱਚ ਵਰਤਿਆ ਕਰੋ ਕੋਈ ਵੀ ਸਬਜ਼ੀ ਹੋਵੇ ਉਹਦੇ ਚ ਆਪਾਂ ਇਹਨੂੰ ਪਾ ਸਕਦੇ ਆ ਤੇ ਵਧੀਆ ਸਬਜ਼ੀ ਦਾ ਟੇਸਟ ਬਣਾ ਸਕਦੇ ਆ ਉਹ ਸਿਆਣੇ ਕਹਿੰਦੇ ਹੁੰਦੇ ਆ ਕਿ ਕਿਉਂ ਬਣਾਵੇ ਤੋਰੀਆਂ ਤੇ ਵੱਡੀ ਬਹੁ ਦਾ ਨਾਂ ਸਬਜ਼ੀ ਮਸਾਲੇ ਨੇ ਬਣਾਉਣੀ ਹੈ ਤੇ ਨਾ ਆਪਣਾ ਵੱਜ ਜਾਣਾ ਤੇ ਤੁਸੀਂ ਇਸ ਤਰ੍ਹਾਂ ਬਣਾਇਆ ਕਰੋ ਬੇਟਾ ਤੇ ਇਸ ਤਰ੍ਹਾਂ ਮੰਨ ਲਓ ਵੀ ਤੁਸੀਂ ਘਰਦਿਆਂ ਨੂੰ ਬਣਾ ਕੇ ਤੇ ਸਬਜੀ ਪਾਜੀ ਤਿਆਰ ਕਰਕੇ ਤੁਸੀਂ ਇਸ ਤਰ੍ਹਾਂ ਖਵਾਇਆ ਕਰੋ ਠੀਕ ਹੈ ਜੀ ਮੈਨੂੰ ਲੱਗਦਾ ਹੈ ਵੀ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਹੋਊਗੀ ਅਗਰ ਤੁਹਾਨੂੰ ਚੰਗੀ ਲੱਗੀ ਬੇਟਾ ਤਾਂ ਤੁਸੀਂ ਲਾਈਕ ਕਮੈਂਟ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਵੀ ਬੱਚੀਆਂ ਸਿੱਖ ਲੈਣ ਤੇ ਇਹਨਾਂ ਨੂੰ ਬਣਾ ਲੈਣ ਠੀਕ ਹੈ ਜੀ ਧੰਨਵਾਦ